ਲੁਧਿਆਣਾ ਦੇ ਮਿੱਡਾ ਚੌਕ ਨੇੜੇ ਪਤੀ ਪਤਨੀ i20 ਕਾਰ ਵਿੱਚ ਸਮਾਨ ਲੈਣ ਲਈ ਆਉਂਦੇ ਨੇ ਤੇ ਪਤੀ ਸਮਾਨ ਲੈਣ ਲਈ ਚਲਾ ਜਾਂਦਾ ਤੇ ਲੁਟੇਰੇ ਦੇਖਦੇ ਨੇ ਕਿ ਗੱਡੀ ਦੇ ਵਿੱਚੋਂ ਜੋ ਵਿਅਕਤੀ ਹੈ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਲੁਧਿਆਣਾ ਦੇ ਮਿੱਡਾ ਚੌਂਕ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪਤੀ ਪਤਨੀ ਸਮਾਨ ਲੈਣ ਲਈ ਆਪਣੀ ਗੱਡੀ 'ਚ ਜਾਂਦੇ ਨੇ ਤੇ ਜਦੋਂ ਸਮਾਨ ਲੈਣ ਚਲੇ ਜਾਂਦੇ ਨੇ ਤਾਂ ਪਿੱਛੋਂ ਆਏ 3 ਲੁਟੇਰੇ ਗੱਡੀ ਨੂੰ ਹੀ ਲੁੱਟ ਕੇ ਫਰਾਰ ਹੋ ਜਾਂਦੇ ਨੇ। ਮੌਕੇ 'ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਅਤੇ ACP ਪਹੁੰਚਦੇ ਨੇ। ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਆਲੇ ਦੁਆਲੇ ਦੀ CCTV ਕੈਮਰੇ ਖੰਗਾਲੇ ਜਾ ਰਹੇ ਨੇ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਮਿੱਡਾ ਚੌਕ ਨੇੜੇ ਇੱਕ i20 ਕਾਰ ਦੀ ਲੁੱਟ ਹੋਈ ਹੈ, ਜੋ ਦੱਸਿਆ ਗਿਆ ਕਿ 3 ਨੌਜਵਾਨਾਂ ਦੇ ਵੱਲੋਂ ਕੀਤੀ ਗਈ ਹੈ। ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਕੀ ਹੋਇਆ ਜੀ ਪੂਰਾ? ਬਾਈ ਮੈਟਰ ਸੀਗਾ, ਗੱਡੀ ਮੈਂ ਸਮਾਨ ਲੈਣ ਆਇਆ ਸੀਗਾ ਜੀ, ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ, ਤੇ ਮੈਨੂੰ ਨਹੀਂ ਪਤਾ ਵਾਈਫ ਵਿੱਚ ਬੈਠੇ ਸੀਗੇ, ਤੇ ਬਸ ਉਨੀ ਦਿਨ ਕੋਈ ਬੰਦੇ 4 ਆਏ ਵਿੱਚ ਬੈਠੇ, ਉਹਨਾਂ ਨੇ ਮੂੰਹ ਫੜ ਲਿਆ ਵਾਈਫ ਦਾ, ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ, ਤੇ ਉਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫਟਾਫਟ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ, ਤੇ ਉਨੀ ਦੇਰ ਨੂੰ ਗੱਡੀ ਖਿੱਚ ਕੇ ਲੈ ਗਏ। ਹਾਂ, PB22H6609 ਔਰ ਬੈਗ ਤੇ ਸਿੱਧੂ ਮੂਸੇ ਵਾਲੀ ਫੋਟੋ ਲੱਗੀ ਹੈ ਬੈਗ ਸ਼ੀਸ਼ੇ ਤੇ। ਹਾਂਜੀ ਹਾਂਜੀ ਆ ਗਈ। ਹਾਂਜੀ ਹਾਂਜੀ ਹਾਂਜੀ। ਮੇਰਾ ਨਾਮ ਸਿਮੀ ਹੈ। ਅਸੀਂ ਇੱਥੇ ਗੱਡੀ ਰੋਕੀ ਹੈ, ਜਿਵੇਂ ਐਜ਼ ਯੂਜੂਅਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ, ਤੇ ਇੱਥੋਂ ਕਹਿੰਦੇ ਕੁਝ ਖਾ ਲੈਂਦੇ ਆ। ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਹੈ, ਜਸਟ ਹਜੇ ਨਿਕਲੇ ਹੀ ਆ, ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨੋਰਮਲੀ ਇੱਦਾਂ ਹੀ ਹਮੇਸ਼ਾ ਹੀ ਹੁੰਦਾ। 4 ਮੁੰਡੇ ਆਏ, 3 ਸੀ ਮੈਨੂੰ ਲੱਗਦਾ, 3 ਸੀਗੇ, 3 ਮੁੰਡੇ ਆਏ ਤੇ ਉਹਨਾਂ ਨੇ ਇੱਕਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ, ਤੇ ਉਹਨਾਂ ਨੇ ਮਤਲਬ ਮੈਨੂੰ ਵੀ ਵਿੱਚ ਹੀ ਕਰ ਲਿਆ। ਮੈਂ ਇੱਦਾਂ ਦਾ ਕਿਹਾ ਗਿੰਨੀ ਲੋਕ ਕਰ ਲਈ, ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ, ਗਿੰਨੀ ਉਹ ਤਾਂ ਬਹੁਤ ਭੱਜ ਚੱਲੇ ਸੀ। ਮੇਰਾ ਹਸਬੈਂਡ ਨੇ ਮੈਨੂੰ ਉਹਨੇ ਇੱਦਾਂ ਦੇਖ ਲਿਆ ਰੱਬ ਵੱਲੋਂ, ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖੜੀਸ ਲਿਆ। ਉਹ ਤਾਂ ਗੱਡੀ ਲੱਤਾਂ 'ਤੇ ਚੜਾ ਦੇਣੀ ਸੀ ਸਾਡੇ ਦੋਨਾਂ ਦੇ, ਇਹੀ ਜਗ੍ਹਾ 'ਤੇ ਜਿੱਥੇ ਖੜੇ ਹਾਂ, ਇਹੀ ਜਗ੍ਹਾ ਮੋਦੀ ਕੰਪਲੈਕਸ। ਹਾਂ, ਮੋਦੀ ਕੰਪਲੈਕਸ। ਹਾਂਜੀ, ਇੱਥੇ ਆ ਚੌਧਰੀ ਕੰਪਲੈਕਸ, ਇੱਥੇ ਸੀਸੀ ਕੈਮਰੇ ਦੀ ਭਾਲ ਹੋਈ ਹੈ। ਹਾਂਜੀ, ਕਰ ਰਹੇ ਆ, ਉਧਰ ਹੀ ਬੁਲਾ ਰਹੇ ਆ, ਤਾਂ ਹੀ ਕਹਿੰਦੇ ਉਧਰ ਹੀ ਆ ਜਾ। ਕਿਹੜੇ ਠੰਡ ਦਾ ਮਾਮਲਾ ਇਹ? 5 ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨ ਫੀਲਡ ਤੇ, ਉਹਨਾਂ ਦਾ ਬੇਟਾ ਸੀ, ਉਹਨਾਂ ਤੋਂ ਖੋ ਹੋਈ ਆ। ਹਾਂ, ਤੇ ਕਿਹੜੀ ਗੱਡੀ ਸੀ ਬੀਜੀ? ਉਹ ਸੀ ਆਪਣੇ i20 ਮਾਡਲ ਤਾਂ ਮੇਰੇ ਹਿਸਾਬ ਨਾਲ ਵਾਈਟ ਕਲਰ ਦੀ ਸੀ। ਦੇਖੋ, ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ, ਔਰ ਦਵਾਈ ਲੈਣ ਲੱਗਿਆ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦਵਾਖਾਨਾ, ਉਹ ਘਰ ਦੀ ਨੂੰ ਲਾ ਕੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਹੈ, ਕਹਿੰਦੀ ਕੋਈ ਖਾ ਲਈਏ। ਉਹ ਖਾਣ ਦੇ ਚੱਕਰ ਜੋ ਗੱਡੀ ਇੱਥੇ ਖੜੀ ਕਰਕੇ ਚਲੇ ਗਈ, ਚਲੇ ਗਿਆ ਮੁੰਡਾ, ਅਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈਫ ਬੈਠੀ ਸੀ, ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰ ਗੱਡੀ 'ਚੋਂ ਨਿਕਲ ਕੇ ਕਿਤੇ ਤਾੜ ਚੁਣਿਆ, ਉਹ ਨਾਲ ਮੋਦੀ ਦਵਾਖਾਨੇ 'ਤੇ ਚਲੇ ਗਿਆ। ਪਿੱਛੋਂ ਜਿਹੜੇ ਲਟੇਰੇ ਸੀਗੇ, ਜਿਹੜੇ 3-4 ਜਿਹੜੇ ਸੀਗੇ, ਉਹਨਾਂ ਨੇ ਦੇਖਿਆ ਵੀ ਮੁੰਡਾ ਉੱਧਰ ਗਿਆ, ਅਤੇ ਚਾਬੀ ਇਹਦੇ ਕੋਲ ਸੀ, ਇਹਦਾ ਮੂੰਹ ਘੁੱਟ ਲਿਆ ਘਰ। ਉਹਦੇ ਕੋਲ ਹਥਿਆਰ, ਜਿੱਥੋਂ ਤੱਕ ਇੱਥੋਂ ਬਾਹਰੋਂ ਪਤਾ ਲੱਗਾ ਕਿ ਉਹਦੇ ਕੋਲ ਰਿਵਾਲਵਰ ਹੈਗਾ। ਹਾਂ, ਅਤੇ ਉਹ ਹੁਣ ਰਿਵਾਲਵਰ ਦੇ ਸਿਰ 'ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਜਾਂ ਨਹੀਂ ਦਿਖਾਇਆ, ਉਹ ਬਹੂ ਨੂੰ ਪਤਾ ਮੇਰੀ ਨੂੰ। ਲੇਡੀਜ਼ ਗੱਡੀ 'ਚ ਬੈਠੀ ਸੀਗੀ, ਉਹਨਾਂ ਨੇ ਜ਼ਬਰਦਸਤੀ ਆ ਕੇ ਮੂੰਹ ਘੁੱਟਿਆ, ਅਤੇ ਅੰਦਰ ਹੀ ਦੂਜੇ ਨਾਲ ਦੇ ਵੀ ਦੂਜੇ ਵੜ ਗਏ ਅੰਦਰ। ਉਹ ਜਦੋਂ ਵੜੇ ਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁਰਨ ਲੱਗਾ, ਮੁੰਡੇ ਨੇ ਦੇਖਿਆ ਵੀ ਗੱਡੀ ਕੌਣ ਲੈ ਕੇ ਚੱਲਿਆ। ਪੁਲਿਸ ਚੌਂਕੀ ਦੇ ਬਿਲਕੁਲ ਕਰੀਬ, ਬਿਲਕੁਲ ਕਰੀਬ, ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜ਼ਿਆਦਾ ਨਹੀਂ ਜ਼ਿਆਦਾ 50 ਮੀਟਰ ਹੋਣੇ, 50 ਮੀਟਰ ਦੀ ਦੂਰੀ 'ਤੇ ਇਹ ਵਾਰਦਾਤ ਹੁੰਦੀ ਪਈ ਹੈ। ਤੁਸੀਂ ਦੇਖੋ ਪੁਲਿਸ ਵਾਲੇ ਵੀ ਸੁੱਤੇ ਪਏ ਨੇ,
ਹਾਂਜੀ ਇੰਨੀ ਵੱਡੀ ਵਾਰਦਾਤ ਹੋ ਗਈ, ਹਾਂਜੀ ਰੱਬ ਨਾ ਕਰੇ ਬਹੂ ਨੂੰ ਨਾਲ ਲੈ ਜਾਂਦੇ, ਹੈਂਜੀ ਅਤੇ ਕੁਝ ਉਹਦੇ ਕੋਲ ਇੰਨਾ ਗਹਿਣਾ ਪਾਇਆ ਸੀਗਾ ਅਤੇ ਗੱਡੀ ਤਾਂ ਜਾਣੀ ਜਾਣੀ ਸੀ, ਗਹਿਣਾ ਵੀ ਸੀ ਕਿਤੇ ਜਾਣ ਨੂੰ ਖਤਰਾ ਹੁੰਦੀ ਨੂੰ ਬਣ ਜਾਣਾ ਸੀ, ਗਹਿਣਾ ਕੰਨ ਦੇ ਉਹ ਡਿੱਗਿਆ ਪੰਚਰ ਵੀ ਹੋਇਆ ਲੱਗਦਾ ਬੇਟੇ 'ਤੇ, ਹਾਂਜੀ ਉਹਦੇ ਹੱਥ 'ਤੇ ਫ੍ਰੈਕਚਰ ਆਇਆ, ਉਹਨੇ ਬੜੇ ਜ਼ੋਰ ਨਾਲ ਕੀਤੀ ਅੰਦਰੋਂ, ਗੱਡੀ I-20 ਹਾਂਜੀ PB22H8-09 ਹਾਂਜੀ। ਦੇਖੋ ਜੀ ਜਾਂਚ ਤਾਂ ਪੁਲਿਸ ਵਾਲੇ ਤਾਂ ਸਾਰੇ ਜਾਂਚ 'ਚ ਜੁੜ ਗਏ, ਹੈਂਜੀ ਬਾਕੀ ਗਾਂਹ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਅਤੇ ਕਦੋਂ ਫੜੇ ਜਾਂਦੇ ਆ, ਨਹੀਂ ਫੜੇ ਜਾਂਦੇ ਤਾਂ ਇੱਥੋਂ ਦੇ ਆ, ਤਾਂ ਪੁਲਿਸ ਨੇ ਤਾਂ ਕਾਰਵਾਈ ਆਪਣੀ ਆਰੰਭਤੀ ਹੈ, ਹੈਂਜੀ ਹੁਣ ਜਿਹੜੀ ਅਗਲੀ ਕਾਰਵਾਈ ਆ ਉਹ ਪੁਲਿਸ 'ਤੇ ਡਿਪੈਂਡੈਂਟ ਆ। ਦੇਖੋ ਜੀ ਕ੍ਰਾਈਮ ਤਾਂ ਤੁਸੀਂ ਰੋਜ਼ ਦਾ ਦੇਖੋ, ਰੋਜ਼ ਨਸ਼ੇ ਪੱਤੇ ਇੰਨੇ ਵੱਧ ਗਏ ਨੇ, ਜਿਹੜਾ ਨੌਜਵਾਨ ਆ ਭੁੱਖਾ ਮਰਦਾ, ਉਹਨਾਂ ਨੇ ਵਾਰਦਾਤਾਂ ਜੇ ਆਰੰਭੀਆਂ ਹੋਈਆਂ, ਹੈਂਜੀ ਹੋਰ ਕੁਝ ਤੂਰੀ ਆ, ਤਾਂ ਹੀ ਦੇਖੋ 25-30 ਮੀਟਰ ਲਾ ਲਓ ਤੁਸੀਂ, 50 ਮੀਟਰ ਲਾ ਲਓ, ਹੈਂਜੀ ਪੁਲਿਸ ਚੌਂਕੀ, ਹੈਂਜੀ ਐਡੀ ਵੱਡੀ ਵਾਰਦਾਤ ਹੋ ਗਈ ਆ ਜਿੱਦਾਂ ਤੁਸੀਂ ਦੇਖੋ, ਹੈਂਜੀ ਹਨੇਰ ਕਰਦੀ ਆ ਗਈ, ਹਨੇਰ ਕਰਦੀ, ਹੈਂਜੀ ਔਰ ਦੇਖੋ ਜਵਾਹਰ ਨਗਰ ਇਲਾਕਾ ਜਿਹੜਾ ਉਹ ਇੰਨਾ ਭਰਿਆ ਇਲਾਕਾ ਇੱਥੇ, ਉਹ ਭਰੇ ਬਾਜ਼ਾਰ 'ਚ ਦੇਖੋ ਰੇਹੜੀਆਂ ਫੜੀਆਂ ਸਾਰੇ ਖਾਣ ਪੀਣ ਵਾਲੇ ਨੇੜੇ ਖੜੇ ਆ, ਪਤਾ ਹੀ ਨਹੀਂ ਲੱਗਿਆ ਕਿਸੇ ਨੂੰ, ਹੈਂਜੀ ਜੇ ਕਿਤੇ ਪਤਾ ਲੱਗ ਜਾਂਦਾ ਹੋ ਸਕਦਾ ਕੋਈ ਹਿੰਮਤ ਕਰਕੇ ਜਿਵੇਂ ਮੁੰਡੇ ਨੇ ਉਹਨਾਂ ਕੁੜੀ ਨੂੰ ਕੱਢਿਆ ਫੜ ਕੇ ਬਾਹਰ ਜ਼ੋਰ ਨਾਲ, ਉਹਨੇ ਦੇਖਿਆ ਵੀ ਇਹ ਤਾਂ ਗੱਡੀ ਲੈ ਕੇ ਕੋਈ ਚੱਲਿਆ, ਚਾਬੀ ਉਹ ਨੌਂ ਰਾਣੀ ਕੋਲ ਫੜੀ ਸੀਗੀ, ਨਹੀਂ ਨੌਂ ਰਾਣੀ ਕੋਲ ਫੜੀ ਸੀ, ਉਹਦੇ ਕੋਲ ਲਾ ਕੇ ਉਹਨਾਂ ਨੇ ਚਾਬੀ ਲਾਈ ਆ, ਔਰ ਜਦੋਂ ਮੁੰਡੇ ਉਹਨੂੰ ਖਿੱਚਿਆ ਕੁਛ ਸੈਕਿੰਡ 'ਚ ਹੀ ਹੋ ਗਿਆ ਕੰਮ, ਕੁਛ ਸੈਕਿੰਡ 'ਚ ਹੋਇਆ, ਹਾਂ ਇਹ ਜਸਟ ਸਾਨੂੰ ਥੋੜ੍ਹੀ ਦੇਰ ਪਹਿਲਾਂ ਹੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਇੱਕ ਗੱਡੀ ਕੋਈ ਸਨੈਚ ਹੋਈ ਹੈ ਇੱਥੋਂ, ਤਾਂ ਉਹਦੇ ਸੰਬੰਧੀ ਮੈਂ ACP ਸਿਵਲ ਲਾਈਨ SHO ਡਿਵੀਜ਼ਨ 5 ਨੇ, ਅਸੀਂ ਜਿੱਦਾਂ ਹੀ ਸੀ ਉੱਦਾਂ ਹੀ ਰਸ਼ ਇਨ ਕੀਤੇ ਇੱਥੇ ਵੀ ਟੂ ਇਨਵੈਸਟੀਗੇਟ, ਅਤੇ ਹਲੇ ਅਸੀਂ ਜਸਟ ਮੌਕਾ ਦੇਖਿਆ, ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟਰੇਸ ਕਰਾਂਗੇ, ਵਿਲ ਕੀਪ ਯੂ ਪੋਸਟਡ। ਕਹਿੰਦੇ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਅਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਗਏ ਨੇ ਕਿ ਲੁਧਿਆਣੇ ਸ਼ਹਿਰ ਨੂੰ ਜਿਹਨੂੰ ਸਮਾਜ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਇੱਦਾਂ ਦਾ ਕੋਈ ਨਹੀਂ, ਆਪਾਂ ਸਿਟੀ ਨੂੰ ਸੇਫ ਰੱਖਣਾ, ਵੀ ਆਰ ਡੂਇੰਗ ਆਰ ਬੈਸਟ, ਅਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਾਂਗੇ। ਹਲੇ 3 ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ, ਉਹ ਹਲੇ ਅਸੀਂ ਉੱਤੇ ਤਫਤੀਸ਼ ਦਾ ਪਾਰਟ ਹੈ, ਹਲੇ ਅਸੀਂ ਉੱਧਰ ਨੂੰ ਜਾਣਾ, ਹਲੇ ਪਤਾ ਨਹੀਂ ਲੱਗਿਆ ਸਾਨੂੰ। ਕਾਰਵਾਈ ਜੋ ਬਣਦੀ ਕਾਰਵਾਈ ਐਸ ਪਰ ਲਾਅ ਕੀਤੀ ਜਾਏਗੀ ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਉਹ ਸਾਰੀ ਗੱਲ ਵੈਰੀਫਾਈ ਕਰਾਂਗੇ, ਅਸੀਂ ਜਸਟ ਹਲੇ ਮੌਕਾ ਦੇਖਿਆ, ਇਟਸ ਟੂ ਅਰਲੀ ਟੂ ਸੇ, ਇਨਵੈਸਟੀਗੇਸ਼ਨ ਔਨ ਹੈ, ਵਿਲ ਫਾਈਂਡ ਐਵਰੀਥਿੰਗ। ਇਹ ਮਿੱਡਾ ਚੌਂਕ ਹੈ, ਇਹ ਮਿੱਡਾ ਚੌਂਕ ਹੈ, ਹਾਂਜੀ ਗੱਡੀ I-20 ਕਹਿ ਰਹੇ ਨੇ, ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ, ਪਲੀਜ਼ ਲੈਟ ਅਸ ਕੰਟੀਨਿਊ। ਥੈਂਕ ਯੂ ਜੀ, ਥੈਂਕ ਯੂ।